ਹਾਂਜੀ ਮਿੱਤਰੋ ਛਤਰੀ ਅਕਾਲ ਅੱਜ ਅਸੀਂ ਤੁਹਾਡੇ ਲਈ 34 ਏਕੜ ਜ਼ਮੀਨ ਲੈ ਕੇ ਆਏ ਹਾਂ ਜੋ ਕਿ ਵਿਕਾਊ ਹੈ ਇੱਥੇ ਆਪਣੇ ਕੋਲੇ 34 ਏਕੜ ਜ਼ਮੀਨ ਹੈ 5-6 ਕਿੱਲਾਂ ਦਾ ਲਿੰਕ ਰੋਡ ਨਾਲ ਫਰੰਟ ਹੈ ਐਨ ਆਰ ਆਈ ਪਾਰਟੀ ਦੀ ਜ਼ਮੀਨ ਹੈ ਜੀ ਇਹ ਇੱਕ ਪਰਿਵਾਰ ਪਹਿਲਾਂ ਹੀ ਬਾਹਰ ਹੈ ਇੱਕ ਦੀ ਤਿਆਰੀ ਹੈ ਜਾਣ ਦੀ ਇਹ ਸਾਰੀ ਮਸ਼ੀਨਰੀ ਵੇਚ ਰਹੇ ਨੇ ਤੇ ਨਾਲ ਆਪਣੇ ਕੋਠੀ ਵੀ ਵੇਚ ਰਹੇ ਨੇ ਠੀਕ ਹੈ ਜੀ ਵੀਡੀਓ ਵਿੱਚ ਤੁਸੀਂ ਆਖੀਰ ਤੱਕ ਬਣੇ ਰਹੋ ਤਾਂ ਕਿ ਤੁਸੀਂ ਸਾਰੀ ਮਸ਼ੀਨਰੀ ਦੇਖ ਸਕੋ ਜ਼ਮੀਨ ਨੂੰ ਸਮਝ ਸਕੋ ਤੇ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਜ਼ਮੀਨ ਦਾ ਨਕਸ਼ਾ ਵੀ ਦਿਖਾਵਾਂਗੇ ਠੀਕ ਹੈ ਜੀ ਜ਼ਮੀਨ ਦੀ ਲੋਕੇਸ਼ਨ ਬਾਰੇ ਅੱਜ ਤੁਹਾਨੂੰ ਵੀਡੀਓ ਦੀ ਆਖੀਰ ਵਿੱਚ ਦੱਸਾਂਗੇ ਆਖੀਰ ਵਿੱਚ ਹੀ ਰੇਟ ਦੱਸਾਂਗੇ ਠੀਕ ਹੈ ਜੀ ਇਹ ਜ਼ਮੀਨ ਵਿੱਚ ਤੁਹਾਨੂੰ ਤਿੰਨ ਮੋਟਰਾ ਮਿਲ ਜਾਣਗੀਆਂ 34 ਏਕੜ ਹੈ ਜੀ ਪੰਜ-ਛ ਕਿੱਲਾਂ ਦਾ ਇਸ ਰੋਡ ਨਾਲ ਫਰੰਟ ਮਿਲ ਜਾਊਗਾ ਠੀਕ ਹੈ ਜੀ ਮੌਕੇ ਤੇ ਜ਼ਮੀਨ ਵਿੱਚ ਕਣਕ ਖੜੀ ਹੈ ਮੱਕੀ ਖੜੀ ਹੈ ਬਹੁਤ ਹੀ ਸੋਹਣੀ ਜ਼ਮੀਨ ਦੀ ਢੇਰੀ ਹੈ ਜੀ ਉਪਜਾਊ ਜ਼ਮੀਨ ਹੈ ਬਿਲਕੁਲ ਵੱਡੀ ਲਾਈਨ ਜ਼ਮੀਨ ਦੇ ਵਿੱਚ ਕੋਈ ਵੀ ਨਹੀਂ ਹੈਗੀ ਜੋ ਪਾਣੀ ਦਾ ਲੈਵਲ ਹੈ ਇੱਥੇ 150 ਤੇ 200 ਫੁੱਟ ਦੇ ਕਰੀਬ ਪਾਣੀ ਦਾ ਲੈਵਲ ਤੁਹਾਨੂੰ ਮਿਲ ਜਾਊਗਾ ਇੱਥੇ ਚੌੜਸ ਜ਼ਮੀਨ ਹੈ ਜੀ ਪੂਰੀ ਬਹੁਤ ਹੀ ਲੰਬੀ ਚੌੜੀ ਫਰਦ ਨਹੀਂ ਹੈਗੀ ਸਿਰਫ ਦੋ ਬੰਦਿਆਂ ਦੇ ਨਾਮ ਹੈ ਤਕਸੀਮ ਜ਼ਮੀਨ ਹੈ ਜੀ ਆ ਸਾਹਮਣੇ ਦੇਖੋ ਜੀ ਆ ਪਹਿਲੀ ਮੋਟਰ ਹੈ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਇਸ ਤਰ੍ਹਾਂ ਦੇ ਟੱਕ ਦੇਖ ਰਹੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੀ ਹੋਰ ਪ੍ਰਾਪਰਟੀ ਦੀ ਜ਼ਮੀਨਾਂ ਦੀ ਜਾਣਕਾਰੀ ਮਿਲਦੀ ਰਹੇ ਆ ਵੇਖੋ ਜੀ ਆ ਦੋ ਟਰੈਕਟਰ ਨੇ ਹੋਲੈਂਡ ਦੇ ਮਹੀਂਦਰਾ ਅਲਜਨ ਜੋ ਬਾਈ ਹੁਣੇ ਸੇਲ ਕਰਦੇ ਨੇ ਇਹਨਾਂ ਦਾ ਰੇਟ ਵੱਖਰਾ ਰਹੂਗਾ 11-12 ਲੱਖ ਦੀ ਡਿਮਾਂਡ ਕਰਦੇ ਨੇ ਦੋਨੇ ਟਰੈਕਟਰਾਂ ਦੀ ਆ ਜਮੀਨ ਦਾ ਨਕਸ਼ਾ ਗਿਆ ਜੀ ਆਬ ਤੁਸੀਂ ਵੇਖ ਸਕਦੇ ਹੋ 5 ਕਿੱਲਾਂ ਦਾ ਰੋਡ ਨਾਲ ਫਰੰਟ ਹੈ 2 ਕਿੱਲੇ ਰੋਡ ਤੋਂ ਇਧਰ ਨੇ ਤੇ ਜ਼ਮੀਨ ਦੇ ਵਿੱਚ ਨੂੰ ਕਪਹੀ ਜਾ ਰਹੀ ਹੈ ਪਹੀਤੇ ਦੋਨੇ ਸਾਈਡ ਤੇ ਜ਼ਮੀਨ ਆ ਜਾਂਦੀ ਹੈ ਬਿਲਕੁਲ ਚੌੜਸ ਜ਼ਮੀਨ ਬਣਦੀ ਹੈ ਜੀ ਬਹੁਤ ਸੋਹਣੀ ਜਮੀਨ ਹੈ ਕੁਝ ਜਮੀਨ ਵਿੱਚ ਕਣਕ ਵਾਲੀ ਖੜੀ ਹੈ ਪਛੇਤਾ ਵੀਜ ਲੱਗਿਆ ਹੋਊਗਾ ਬਾਕੀ ਜਮੀਨ ਵਿੱਚ ਕਣਕ ਵੱਢ ਲਈਤੀ ਗਈ ਹੈ ਆਹ ਸੀ ਦੂਜੀ ਮੋਟਰ ਤੇ ਆ ਗਏ ਜੀ ਇੱਥੇ ਦੂਜਾ ਬੋਰਵੈਲ ਹੋ ਰੱਖਿਆ ਹੈ ਠੀਕ ਹੈ ਜੀ ਇੱਕ ਵਾਰ ਦੁਬਾਰਾ ਟੂਰਪੀਗਟ ਕਰ ਦਿੰਦੇ ਆ ਇੱਥੇ ਆਪਣੇ ਕੋਲ 34 ਏਕੜ ਜਮੀਨ ਬਕਾਊ ਹੈ ਤਿੰਨ ਤੁਹਾਨੂੰ ਮੋਟਰਾਂ ਮਿਲ ਜਾਣਗੀਆਂ ਤਕਸੀਮ ਜਮੀਨ ਹੈ ਵੱਡੀ ਲੈਂ ਜਮੀਨ ਵਿੱਚ ਕੋਈ ਵੀ ਨਹੀਂ ਹੈਗੀ ਬਹੁਤ ਹੀ ਵਧੀਆ ਫਰੰਟ ਹੈ ਤੇ ਆ ਜੋ ਹੈ ਆ ਸ਼ੈੱਡ ਹੈ ਜੀ ਆ ਖੇਤ ਵਿੱਚ ਹੀ ਬਣਾਇਆ ਹੋਇਆ ਹੈ ਟੋੜੀ ਦਾੜੀ ਪਾਣ ਲਈ ਠੀਕ ਹੈ ਜੀ ਜੋ ਕੋਠੀ ਆ ਵੇਚ ਰਹੇ ਨੇ ਉਹ ਵੀ ਬਹੁਤੀ ਪੁਰਾਣੀ ਨਹੀਂ ਹੈਗੀ ਬਹੁਤ ਹੀ ਸੋਹਣਾ ਨਕਸ਼ਾ ਹੈ ਹੁਣ ਤੁਹਾਨੂੰ ਲੋਕੇਸ਼ਨ ਬਾਰੇ ਦੱਸ ਦਿੰਦੇ ਹਾਂ ਜੀ ਇਹ ਜ਼ਮੀਨ ਖੰਨੇ ਸ਼ਹਿਰ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਪਊਗੀ ਜੋ ਖੰਨੇ ਤੋਂ ਮਲੇਰ ਕੋਟਲੀ ਰੋਡ ਗਿਆ ਹੈ ਉਸ ਰੋਡ ਤੋਂ ਤੁਹਾਨੂੰ 2 ਕਿਲੋਮੀਟਰ ਜ਼ਮੀਨ ਦੇ ਅੰਦਰ ਪੈ ਜਾਊਗੀ ਜੀ ਠੀਕ ਹੈ ਮੋਹਾਲੀ ਸ਼ਹਿਰ ਤੋਂ 60 ਤੋਂ 70 ਕਿਲੋਮੀਟਰ ਪੈ ਜਾਊਗੀ ਤੇ ਲੁਧਿਆਣੇ ਤੋਂ ਵੀ ਤੁਹਾਨੂੰ 60 ਤੋਂ 70 ਪੈ ਜਾਊਗੀ ਪਟਿਆਲੇ ਤੋਂ ਵੀ ਤਕਰੀਬਨ ਇੰਨਾ ਡਿਸਟੈਂਸ ਹੋਊਗਾ ਜੋ ਮਾਲਕਵੀਰ ਇਸ ਜ਼ਮੀਨ ਦੀ ਡਿਮਾਂਡ ਕਰਦੇ ਨੇ ਉਹ 43 ਲੱਖ ਰੁਪਏ ਪ੍ਰਤੀ ਏਕੜ ਦੀ ਡਿਮਾਂਡ ਹੈ ਜੀ ਜੋ ਬਾਕੀ ਮਸ਼ੀਨਰੀ ਹੈ ਜੀ ਟਰਾਲੀ ਵਗੈਰਾ ਹੈਰੋ ਵਗੈਰਾ ਉਹ ਤੁਹਾਨੂੰ ਜ਼ਮੀਨ ਨਾਲ ਇਦਾਂ ਹੀ ਦੇ ਦੇਣੀ ਹੈ ਜੋ ਕੋਠੀ ਹੈ ਜੀ ਉਸ ਜ਼ਮੀਨ ਤੋਂ 1 ਕਿਲੋਮੀਟਰ ਦੂਰ ਇੰਡ ਵਿੱਚ ਬਣੀ ਹੋਈ ਹੈ ਜੇ ਕਿਸੇ ਨੇ ਵੀ ਇਸ ਜ਼ਮੀਨ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਨੀਚੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦਾ ਹੈ ਜੀ